ਆਕਸੀਜਨ ਦਾ ਕੰਮ ਕਰਦੇ ਹਮੇਸ਼ਾ ਗੱਲ ਸਿਖਾਉਂਦੇ
ਫੜੇ ਕਰੋ ਬੜੇ ਹੀ ਸਤਿਕਾਰ ਦੇ ਨਾਲ ਅਸੀਂ ਬਚ ਕੇ ਸੱਦਾ ਦੇਵਾਂਗੇ ਸਾਡੀ ਸਮੁੱਚੀ ਪ੍ਰਬੰਧਕ ਕਮੇਟੀ ਬੜੇ ਅਦਭੁਤ ਸਤਿਕਾਰ ਨਾਲ ਉਹਨਾਂ ਨੂੰ ਲੈ ਕੇ ਆਊਗੀ ਸਾਡੇ ਮੁੱਖ ਮਹਿਮਾਨ ਸ਼੍ਰੀ ਪਰਮਵੀਰ ਸਿੰਘ IAS ਡਿਪਟੀ ਕਮਿਸ਼ਨਰ ਮਾਨ ਸਾਹਿਬ ਉਹਨਾਂ ਨੂੰ ਸਤਿਕਾਰ ਸਾਹਿਬ ਬੇਨਤੀ ਹੈ ਪਲੀਜ਼ ਉਹ ਮੰਚ ਤੇ ਆਉਣ ਦੀ ਕਿਰਪਾ ਕਰਨ ਉਹਨਾਂ ਦੇ ਨਾਲ ਸੀਨੀਅਰ ਸਾਰੀਆਂ ਮੌਜੂਦ ਮਹਿਮਾਨ ਹਸਤੀਆਂ ਨੇ ਤੇ ਸਭ ਤੋਂ ਪਹਿਲਾਂ ਸੀ ਕਿਉਂਕਿ ਸਾਡੇ ਲਈ ਦੇਵੀ ਮਖਸੂਸਪੁਰੀ ਸਾਹਿਬ ਅੱਜ ਦਾ ਦਿਨ ਹੈ ਜਿਹੜਾ ਉਹ ਮੱਕੇ ਦੇ ਮਦੀਨੇ ਦੇ ਦਰਸ਼ਨਾਂ ਤੋਂ ਬਿਨਾਂ ਹੱਜ ਤੋਂ ਬਿਨਾਂ ਘੱਟ ਨਹੀਂ ਕਿਉਂਕਿ ਤੁਹਾਨੂੰ ਬੜੀ ਲੰਬੇ ਚਿਰ ਤੋਂ ਅਸੀਂ ਉਡੀਕ ਰਹੇ ਸੀ ਫੋਟੋਆਂ ਤੋਂ ਬਾਅਦ ਪਲੀਜ਼ ਫੋਟੋ ਬਾਅਦ ਪਹਿਲਾਂ ਸਨਮਾਨ ਇਹ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਮਾਨ ਸਾਹਿਬ ਛੋਟੀ ਜਿਹੀ ਉਮਰ ਦੇ ਸਾਡੇ ਵੱਡੇ ਜ਼ਿਲ੍ਹੇ ਨੂੰ ਸਾਡੇ ਜ਼ਿਲ੍ਹੇ ਨੂੰ ਮਾਣ ਦੇ ਰਹੇ ਨੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਇਹਨਾਂ ਦਾ ਡਾਕਟਰ ਲੰਕਾ ਸਿੰਗਲਾ ਜੀ ਜਿਹਨਾਂ ਦਾ ਵੱਡਾ ਸਹਿਯੋਗ ਹੈ ਬੜੇ ਵੱਡੇ ਸਮਾਜ ਸੇਵੀ ਨੇ ਸਰ ਜਿਸ ਤਰ੍ਹਾਂ ਤੁਸੀਂ ਹੁਣ ਸਾਹਿਬ ਗੱਲ ਕੀਤੀ ਕਿ ਬੜੇ ਵੱਡੇ ਸ਼ਾਇਰ ਬੜੇ ਵੱਡੇ ਲੇਖਕ ਬੜੇ ਵੱਡੇ ਗੀਤਕਾਰ ਬਣੇ ਵੱਡੇ ਅਦਾਕਾਰ ਬੜੇ ਵੱਡੇ ਨਾਟਕ ਆਏ ਅੱਜ ਤੁਹਾਨੂੰ ਦੇਖਣ ਦੇ ਲਈ ਤੁਹਾਨੂੰ ਸੁਣਨ ਦੇ ਲਈ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰ ਰਹੇ ਨੇ ਤੇ ਸ਼ੁਕਰਾਨਾ ਅਸੀਂ ਕਰ ਰਹੇ ਹਾਂ ਜੀ ਸਾਡੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਵਾਈਸ ਮਾਨ ਸਾਹਿਬ ਜਿਨ੍ਹਾਂ ਨੇ ਤੁਹਾਡੇ ਦਰਸ਼ਨ ਕਰਾ ਕੇ ਸਾਡੇ ਇਲਾਕੇ ਨੂੰ ਮਾਣ ਬਖਸ਼ਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਲਈ ਤਾਂ ਬਸ ਅਸੀਂ ਇਹੀ ਕਹਾਂਗੇ ਤੁਹਾਡਾ ਲਿਖਿਆ ਸ਼ੇਰ ਹੈ ਸਰ ਕਿ ਤੁਸੀਂ ਉੱਚੇ ਹੋ ਅਸੀਂ ਨੀਵੇਂ ਹਾਂ ਸਾਡੀ ਨੀਵੀਂ ਜਾਤ ਕਬੂਲ ਕਰੋ ਤੁਸੀਂ ਉੱਚੇ ਹੋ ਅਸੀਂ ਨੀਵੇਂ ਹਾਂ ਸਾਡੀ ਨੀਵੀਂ ਜਾਤ ਕਬੂਲ ਕਰੋ ਤੁਸੀਂ ਚੜ੍ਹਦੇ ਚੰਨ ਦੇ ਸੋਹਣੇ ਹੋ ਸਾਡੀ ਕਾਲੀ ਰਾਤ ਕਬੂਲ ਕਰੋ ਬਹੁਤ ਬਹੁਤ ਧੰਨਵਾਦ ਆ ਫੋਟੋ ਵਾਲੇ ਰੁਕੋ ਵੀਰੇ ਪਲੀਜ਼ ਹਾਂਜੀ ਹਾਂਜੀ ਫੋਟੋ ਵਾਲਾ ਰੁਕੋ ਬਾਈ ਹੁਣ ਕੋਈ ਮੰਚ ਤੇ ਨਹੀਂ ਆਊਗਾ ਇਸ ਤੋਂ ਬਾਅਦ ਬਹੁਤ ਬਹੁਤ ਵੈਲਕਮ ਸਰ ਡਿਪਟੀ ਕਮਿਸ਼ਨਰ ਸਾਹਿਬ ਦਾ ਕੀਤੇ ਰੱਖਿਆ ਗਿਆ ਬਹੁਤ ਚੰਗਾ ਲੱਗਿਆ ਮਾਲਕ ਕਦੇ ਖੁਸ਼ ਨੀ ਹੁੰਦੀ ਬੋਡੀ ਕੇਲੇ 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 ਬੰਦੇ ਨਾਲੋਂ ਤਾਂ ਪਿਆਰੇ ਢੇਲੇ ਕਿੱਥੇ ਖੁਸ਼ ਹੋਣ ਬੋਟੀਆਂ ਬੋਤੇ ਚੜ੍ਹਦੇ ਪਤਾ ਕਦਰੇ ਲੈ ਮਜ਼ਰੂਰ ਧੰਨਵਾਦ ਥੈਂਕ ਯੂ ਸੋ ਮਚ ਬਣਾ ਤਾਂ ਬਹੁਤ ਸੋਹਣਾ ਹੈ ਬਲਾ ਤਾਂ ਸਟੇਜ ਦੇ ਪਾਰਟੀਸ਼ਨ ਹੋ ਗਏ ਦੋ ਮੁਲਕ ਬਣ ਗਏ ਘੁੰਮ ਘੁੰਮ ਕੇ ਆਪਾਂ ਗਏ ਮੈਂ ਲੱਭਦਾ ਲੱਭਦਾ ਥੱਕ ਗਿਆ ਕੋਈ ਐਬ ਤੇਰੇ ਵਿੱਚ ਲੱਭਿਆ ਨਹੀਂ ਜੇ ਲੱਭ ਜਾਊਗਾ ਤਾਂ ਦੱਸ ਦਊਗਾ ਜੋ ਤੇਰੇ ਜਾਣਨ ਵਾਲੇ ਨੇ ਕਿਸੇ ਨੁਕਸ ਤੇਰੇ ਵਿੱਚ ਕੱਢਿਆ ਨਹੀਂ ਕੋਈ ਕੱਢ ਦਊਗਾ ਤਾਂ ਦੱਸ ਦਊ ਮੈਂ ਜ਼ੋਰ ਬਥੇਰਾ ਲਾਇਆ ਏ ਕੋਈ ਗੁਣ ਆਪਣੇ ਵਿੱਚ ਲੱਭਿਆ ਨਹੀਂ ਕੋਈ ਲੱਭ ਜਾਊਗਾ ਤਾਂ ਦੱਸ ਦਊਗਾ ਇੱਕ ਖਾਸ ਨਜ਼ਰ ਨੂੰ ਮੇਰਾ ਚਿਹਰਾ ਕਦੇ ਵੀ ਚੰਗਾ ਲੱਗਿਆ ਨਹੀਂ ਜੇ ਲੱਗ ਜਾਊਗਾ ਤੇ ਮੈਂ ਦਿਲ ਤਿਲ ਜੂ ਸਭ ਤੋਂ ਪਹਿਲਾਂ ਦੱਸ ਦਊਗਾ ਯਾਦਾਂ ਦਾ ਖਜ਼ਾਨਾ ਬਹੁਤ ਬੜਾ ਹੁਣ ਤੱਕ ਤਾਂ ਮੈਥੋਂ ਖੁਸਿਆ ਨਹੀਂ ਜੇ ਖੁਸ ਜਾਊਗਾ ਤਾਂ ਦੱਸ ਦਊਗਾ ਮੇਰੀ ਗਲਤੀ ਦੇ ਨਾਲ ਯਾਰ ਕੋਈ ਹੁਣ ਤੱਕ ਤਾਂ ਮੈਥੋਂ ਰੁਸਿਆ ਨਹੀਂ ਜੇ ਰੁਸ ਜਾਊਗਾ ਤਾਂ ਦੱਸ ਦਊਗਾ
ਦਾਰੂ ਦਰ ਵੱਟਦੀ ਏ, ਦਾਰੂ ਘਰ ਵੱਟਦੀ ਏ। ਨਹੀਂ ਥੋੜੀ ਥੋੜੀ ਮੈਂ ਤਾਂ ਕੁਛ ਨਹੀਂ ਕਹਿੰਦੀ, ਇਹਦੇ ਵਧੇ ਨਾ। ਦਾਰੂ ਘਰ ਵੱਟਦੀ ਏ, ਚਾਹ ਪੀ ਕੇ ਘਰ ਕਿਸੇ ਨੇ ਪੱਟਿਆ ਨਹੀਂ, ਕੋਈ ਪੱਟ ਲਊਗਾ ਤਾਂ ਦੱਸ ਦੇ। ਇਸ਼ਕ ਦੇ ਸੌਦੇ ਵਿੱਚੋਂ ਹੁਣ ਤੱਕ ਨਫਾ ਕਿਸੇ ਨੇ ਖੱਟਿਆ ਨਹੀਂ, ਕੋਈ ਖੱਟ ਲਊਗਾ ਤਾਂ ਦੱਸ ਦੇ। ਬੇਬੀ ਦੇ ਗੀਤਾਂ ਨੂੰ ਟੱਚ ਗੁੱਟ ਹੁਣ ਤਾਈ ਕਿਸੇ ਨੇ ਭੰਡਿਆ ਨਹੀਂ, ਕੋਈ ਭੰਡ ਦਊਗਾ ਤਾਂ ਦੱਸ ਦੇ। ਦੁੱਖ ਦੇਣੇ ਵਾਲੇ ਦੁੱਖ ਦੇਣੇ ਵਾਲੇ ਬਹੁਤ ਮਿਲੇ, ਦੁੱਖ ਕਦੇ ਕਿਸੇ ਨੇ ਵੰਡਿਆ ਨਹੀਂ, ਕੋਈ ਵੰਡ ਲਊਗਾ ਤਾਂ ਦੱਸ ਦੂੰਗਾ। ਤੇਰਾ ਨਾਮ ਮੋਹਤ ਕੋਈ ਤਾਰਕ
ਭਰੀਆਂ ਵਰਗਾ ਕਿਉਂ ਤਨ ਚੜਿਆ ਕਿਤੇ ਪੁਜਾਈ ਤੇਰਾ ਭਰੀਆਂ ਵਰਗਾ ਕਿਉਂ ਤਨ ਚੜਿਆ ਕਿਤੇ ਪੁਜਾਈ ਰੰਗ ਦੂਦੀਆਂ ਚਮਕੇ ਕਿੱਦਾਂ ਪੈ ਗਏ ਕਲ ਪਹਾੜੀ ਰੰਗ ਦੂਦੀਆਂ ਚਮਕੇ ਕਿੱਦਾਂ ਪੈ ਗਏ ਪਰਬ ਪਹਾੜੀ ਕਿਉਂ ਕਿਸੇ ਸ਼ਾਇਰ ਨੇ ਗੀਤ ਮੁਹੱਬਤ ਛੋਟੇ ਹੁੰਦੇ ਸੀਗੇ ਸੋਹਣੇ ਹੁੰਦੇ ਸੀ ਬੱਚੇ ਹਮੇਸ਼ਾ ਖੂਬਸੂਰਤ ਹੁੰਦੇ ਨਵੀਂ ਗੱਲ ਕਈ ਵਾਰ ਸਾਨੂੰ ਚਾਹੁਣ ਵਾਲੇ ਪਿਆਰ ਕਰਨ ਵਾਲੇ ਕਈ ਵਾਰ ਅਚਾਨਕ ਸਾਹਮਣੇ ਆ ਜਾਂਦੇ ਕਈ ਵਾਰ ਐਸਾ ਕੋਈ ਫੇਰ ਆ ਜਾਂਦਾ ਜਿਹੜਾ ਪਹਿਲੀ ਵਾਰੀ ਮਿਲਿਆ ਹੁੰਦਾ ਉੱਪਰੋਂ ਜੇ ਕਿਤੇ ਉਹਦਾ ਪੈਗ ਨਹੀਂ ਲੱਗਿਆ ਹੋਵੇ ਮੈਨੂੰ ਯਾਦ ਹੈ ਕੈਨੇਡਾ ਇੱਕ ਪਾਰਟੀ ਕਿਸੇ ਰਿਸ਼ਤੇਦਾਰ ਦੇ ਰਿਸੈਪਸ਼ਨ ਤੇ ਗਏ ਤਾਂ ਮੈਂ ਮੇਰੇ ਰਿਸ਼ਤੇ ਖੜਾ ਕਿਸੇ ਨਾਲ ਗੱਲਾਂ ਕਰਾਂ ਇੱਕ ਭਾਈ ਵਾਲੇ ਸਾਹਮਣੇ ਉਹ ਵੀ ਆ ਮੈਂ ਕਿਹਾ ਉਹ ਵੀ ਆ ਲਵੇ ਤੈਨੂੰ ਜੀਂਦੇ ਨੂੰ ਪਹਿਲੀ ਵਾਰੀ ਦੇਖਿਆ ਹੁਣ ਮੈਨੂੰ ਸਮਝ ਮੈਂ ਰਿਐਕਟ ਕੀ ਕਰਾਂ ਥੋੜੇ ਦਿਨ ਪਹਿਲਾਂ ਇੱਕ ਮਸਲ ਪੇਨ ਚੱਲਦੀ ਸੀ ਡਾਕਟਰ ਸਾਹਿਬ ਦੇ ਟੀਕਾ ਲਾਉਣ ਕਰਦੇ ਦੂਜੇ ਦਿਨ ਜੇ ਮਾਨ ਸਾਹਿਬ ਗੁਰੂ ਲਾਉਣਾ ਸੀ ਵਿਆਹ ਦਾ ਦੂਜੇ ਦਿਨ ਮੁਕਤਸਰ ਸਾਹਿਬ ਸੀਗੇ ਮੈਂ ਇੰਜੈਕਸ਼ਨ ਮੈਂ ਲਵਾ ਲਈ ਇੱਕ ਫੈਨ ਨੇ ਇੰਜੈਕਸ਼ਨ ਲੱਗਦਾ ਦੇਖ ਲਿਆ ਉਹ ਵੀ ਪਹਿਲੀ ਵਾਰ ਮਿਲੇ ਸੀ ਬਾਹਰ ਕਹਿੰਦਾ ਸ਼ੁਕਰੀਆ ਤੇਰੇ ਵੀ ਟੀਕਾ ਲੱਗਦਾ ਦੇਖ ਲਿਆ ਜਿਹੜੀ ਉਹ ਭਾਵਨਾ ਮੈਂ ਭਾਵਨਾ ਨਹੀਂ ਸੀ ਮਾੜੀ ਉਹਨੂੰ ਇਹਨੇ ਵੀ ਆਉਣਾ ਮੈਂ ਤੇਰੇ ਵੀ ਟੀਕੇ ਲੱਗਦੇ ਨੇ ਹਾਂਜੀ ਮੇਰੇ ਲੱਗਦੇ ਕਿਤੇ ਕਿਤੇ ਲੱਗਦੇ ਸਿਆਣੂ ਲੱਗ ਹੀ ਜਾਂਦਾ ਸਾਰਿਆਂ ਨੂੰ ਰੋਸ਼ਨ ਨਾਮੀ ਛੱਡਦੀ ਨਾ ਪੂਰਾ ਪਰ ਨਾਮੀ ਛੱਡਦਾ ਤਾਂ ਹੀ ਮੇਰੀ ਘਰ ਵਾਪਸੀ ਹੋਈ ਜਦੋਂ ਪਹਿਲਾਂ ਜ਼ਿਆਦਾ ਪੀਂਦਾ ਸੀ ਨਾ ਮੈਨੂੰ ਪਤਾ ਸੀ ਘਰ ਵਾਲੀ ਲੜਦੀ ਆ ਇੱਕ ਦੂਸਰਾ ਮਿੱਤਰ ਨੂੰ ਰੋਕੀ ਜਾਵੇ ਕਹਿੰਦਾ ਨਹੀਂ ਯਾਰ ਭਜਾਈ ਗੁੱਸੇ ਹੋ ਜਾਂਦਾ ਇੱਥੇ ਪੈ ਜਾ ਤੇ ਜਾਂ ਫਿਰ ਥੋੜੀ ਵੀ ਉਹ ਕਹਿੰਦਾ ਕਿਹੜਾ ਡਰਦਾ ਅੱਜ ਕੱਲ੍ਹ ਤੂੰ ਭਾਰ ਪੈ ਗਿਆ ਚਾਰ ਪੰਜ ਮੋਟੇ ਮੋਟੇ ਪੈਗ ਪੀ ਕੇ ਏਦਾਂ ਤਾਂ ਕਰਦਾ ਘਰ ਜਾ ਵੜਿਆ ਦੂਜੇ ਦਿਨ ਉਹਨੂੰ ਪੁੱਛਿਆ ਕਹਿੰਦਾ ਕਿੱਦਾਂ ਰਹਾ ਪੁੱਤ ਠੀਕ ਰਿਹਾ ਵੀ ਉੱਪਰ ਵਾਲੇ ਦਰਦ ਤੋਂ ਪਹਿਲਾਂ ਵੀ ਕਢਾਉਣੀ ਸੀ ਉਦੋਂ ਫਿਲਮ ਕਢਾਉਣੀ ਸੀ ਫਿਲਮ ਦੇ ਸੀ ਤੇਰਾ ਪਹਿਲਾ ਸਵਾਗਤ ਹੈ ਵਾਹਲਾ ਕਰ ਸਾਨੂੰ ਛੱਡ ਕੇ ਨਹੀਂ ਜਾਣੀ ਜਦੋਂ ਸਿਆਸੀ ਪਾਰਟੀ ਦੇ ਘਰ ਵਾਪਸੀ ਹੁੰਦੀ ਇਹਦੀ ਚਾਰ ਸਾਲ ਬਾਅਦ ਘਰ ਵਾਪਸੀ ਹੋਈ ਤਾਲੀ ਮਾਰਦੇ ਮੇਰਾ ਬਹੁਤ ਪਿਆਰਾ ਵੀਰ ਗੁਣੀ ਬੰਦਾ ਰੋਸ਼ਨ ਫਲੋਰ ਵਾਲਾ ਸਾਡੇ ਪੁਰਾਣੇ ਜਿਹੜੀ ਦੇਵੀ ਲਾਈਵ ਦੇਖੇ ਸਾਰੇ ਜਾਣਦੇ
ਜਾਨ ਦੀ ਬਾਜ਼ੀ ਲਾਵੇ ਉਵੇਂ ਇਸ਼ਕ ਕਮਾਦੇ ਤੂੰ ਹੀ ਕੁਦਾ ਨਾਦ ਸੁਣੇਗਾ ਵਿੱਚੋਂ ਮੈਂ ਹਟਾ ਕੇ ਜਿਹੜਾ ਦੂਜਾ ਸਿਰਾ ਨਾ ਦੀਦਾ ਉਸ ਗਲੀ ਵਿੱਚ ਜਾ ਕੇ ਜ਼ਾਤਾਂ ਬੋਤਾਂ ਧਰਮਾਂ ਵਾਲਾ ਚਸ਼ਮਾ ਕਿਧਰੇ ਲਾ ਕੇ ਹੈ ਦੁਨੀਆਂ ਕਿੰਨੀ ਸੋਹਣੀ ਲੱਗਦੀ ਦੁਨੀਆਂ ਕਿੰਨੀ ਸੋਹਣੀ ਲੱਗਦੀ ਪਰ ਸ਼ਰਤ ਹੈ ਨਫ਼ਰਤ ਦਿਲੋਂ ਮਿਟਾ ਕੇ ਮਨ ਨੂੰ ਕਿੰਨਾ ਚੈਨ ਹੈ ਮਿਲਦਾ ਮਨ ਨੂੰ ਕਿੰਨਾ ਚੈਨ ਹੈ ਮਿਲਦਾ ਕੋਈ ਕੰਮ ਕਿਸੇ ਦੇ ਆ ਕੇ ਮਸਖਰਾ ਹੋਣਾ ਜਿਹੜੇ ਮਜ਼ਾਹੀਆ ਕਲਾਕਾਰ ਵਸਾਉਂਦੇ ਆ ਕਾਮੇਡੀ ਆਰਟਿਸਟ ਮਸਖਰਾ ਹੋਣਾ ਕਿੰਨਾ ਔਖਾ ਲੱਗ ਜੂ ਪਤਾ ਹਸਾ ਕੇ ਨਾ ਆਈਏ ਤਾਂ ਨਾ ਆਈਏ ਤਾਂ ਨਾਮ ਬਦਲ ਦੇਈ ਦੇਵੀ ਕਿਤੇ ਬੁਲਾ ਕੇ ਦੇਵੀ ਕਿਤੇ ਬੁਲਾ ਕੇ ਲੈ ਦੇ ਨਹੀਂ ਭੁੱਲਿਆ ਕਦੇ ਪਿਆਰ ਕੀਤਾ ਕਰਦੀ
ਮੇਰੀ ਜਾਨ।